ਬਾਬਾ ਵਿਸ਼ਕਰਮਾ ਜੀ ਦੀ ਜੈ। ਬਹੁਤ ਬਹੁਤ ਮੁਬਾਰਕਾਂ ਮਹਾਰਾਜ, ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀਆਂ ਬਖਸ਼ੇ। ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਜਿਹੜੇ ਮਿਸਤਰੀ ਵੀਰ ਨੇ ਸਾਡੇ ਸਾਰੇ, ਜਿਹੜੇ ਬਾਬੇ ਵਿਸ਼ਕਰਮੇ ਦੇ ਦਿੱਤੇ ਹੋਏ ਅਨਾਜ ਖਾਂਦੇ ਨੇ, ਦਾਣਾ ਪਾਣੀ ਛੱਕਦੇ ਨੇ, ਬਾਬੇ ਦਿੱਤੀ ਹੋਈ ਕਿਰਤ ਕਮਾਈ ਕਰਦੇ ਹੋ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖਣ। ਤੁਸੀਂ ਤੰਦਰੁਸਤ ਰਹੋ, ਤੁਹਾਡੀਆਂ ਸਿਹਤਾਂ, ਤੁਹਾਡੀਆਂ ਤੰਦਰੁਸਤੀਆਂ ਇਸੇ ਤਰ੍ਹਾਂ ਬਰਕਰਾਰ ਰਹਿਣ। ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ, ਸੰਦ ਵਗੈਰਾ ਰੱਖੇ ਹੋਏ ਨੇ, ਉਹਨਾਂ ਦੀ ਸਾਫ਼ ਸਫਾਈ ਕਰਕੇ ਉਹਨਾਂ ਦੀ ਅੱਜ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ। ਪ੍ਰਥਮ ਭਗਵਤੀ ਸਿਮਰ ਕੈ ਗੁਨਾਹ ਨੇ ਚਾਹੇ ਫਰੰਗਤ ਗੁਰਤੇ ਅਮਰਦਾ ਰਾਮ ਦੱਸੇ ਹੋਏ ਸਾਹਿਬ ਅੱਜ ਹਰਗੋਬਿੰਦ ਸਿੰਘ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਇੱਥੇ ਸਭ ਨੂੰ ਜੈ ਤੇ ਬਹਾਦਰ ਸਿਮਰੀ ਹੈ ਕਾਲ ਨੌਣ ਧਿਆਨ ਵਿੱਚ ਧਾਏ ਸਭ ਸਾਈਂ ਹਮੇਸ਼ਾ ਦਸਵੇਂ ਪਾਤਸ਼ਾਹ ਸਾਹਿਬ ਗੋਬਿੰਦ ਸਿੰਘ ਜੀ ਦੀ ਮਹਿਮਾ ਕਹਿ ਥਾਂ ਜੋ ਸ੍ਰੀ ਗ੍ਰੰਥ ਸਾਹਿਬ ਪਾਠ ਦੇ ਰਾਹ ਦਾ ਧਿਆਨ ਕਰਕੇ ਬੋਲੋ ਜੀ। ਮਨੁੱਖਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ, ਸੁਪਨਿਆਂ ਦਾ ਘਰ ਸੀ ਪਾਤਸ਼ਾਹ ਜੀ, ਅੱਜ ਵਿਸ਼ਕਰਮਾ ਜੀ ਉਹ ਆਪ ਜੀ ਦਾ ਦਿਨ ਮਨਾਇਆ ਜਾ ਰਿਹਾ ਹੈ। ਜਿਹੜੇ ਸੇਵਕ ਅਤੇ ਪਾਤਸ਼ਾਹ ਜੀ ਲੋਹੇ ਦਾ ਕੰਮ, ਲੱਕੜ ਦਾ ਕੰਮ ਕਰਦੇ ਹਨ ਸ੍ਰੀ ਪਾਤਸ਼ਾਹ ਜੀ ਵਿਸ਼ਕਰਮਾ ਜੀ ਉਹ ਆਪਣਾ ਮਿਹਰ ਪਰ ਹੱਥ ਰੱਖਣੇ, ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅੱਜ ਆਪਣੇ ਮਿਹਰ ਪਰ ਹੱਥ ਰੱਖੋ ਸ੍ਰੀ ਪਾਤਸ਼ਾਹ ਜੀ, ਆਖਣ ਵਾਲਾ ਘਾਟਾ ਭੋਜੋ ਮਾਫ਼ ਕਰ ਦੇ ਸਬੰਧੇ ਰਾਸਤ ਨੇ ਕਈ ਪਿਆਰੇ ਮੇਲ, ਜਿੰਨਾ ਮੇਰਾ ਨਾਮ ਜਿੱਤੇ ਆ ਗਏ ਨਾਨਕ ਨਾਮ ਜੜਦੀ ਇਹ ਭਾਣੇ ਸਰਬੱਤ ਦਾ ਪਤਾ, ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਹਣੇ ਹਾਲ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਵਿਸ਼ਕਰਮਾ ਜੀ ਦਾ ਦਿਨ ਆ, ਸਾਡੇ ਸਾਰੇ ਮਿਸਤਰੀ ਭਰਾ, ਚਾਹੇ ਉਹ ਲੱਕੜ ਵਾਲੇ ਆ, ਬਿਲਡਿੰਗ ਵਾਲੇ ਆ, ਬਿਜਲੀ ਵਾਲੇ ਆ, ਸੈਂਟਰੀ ਵਾਲੇ ਆ, ਸਾਰੇ ਅੱਜ ਵਿਸ਼ਕਰਮਾ ਜੀ ਦੀ ਸੇਵਾ ਕਰਕੇ ਹਟਿਆ ਪੂਜਾ। ਇਹ ਸਾਡਾ ਸਟੋਰ ਆ ਜੀ ਅੰਦਰ ਥੱਲੇ, ਇੱਥੇ ਅਸੀਂ ਪਾਈਪਾਂ ਜਿਵੇਂ ਆਪਣੇ ਆਪਾਂ ਦੇਖਦੇ ਹਾਂ ਨਾ ਵੀ ਹਾਰਡਵੇਅਰ ਦੀ ਦੁਕਾਨ 'ਤੇ ਸਮਾਨ ਪਿਆ ਹੁੰਦਾ, ਉੱਦਾਂ ਹੀ ਅਸੀਂ ਸਾਰਾ ਸਟੋਰ ਕਰ ਰਹੇ ਹਾਂ ਸਮਾਨ। ਸਾਨੂੰ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਡੇ ਕਰੀਬ 150 ਦੇ ਕਰੀਬ ਤਾਂ ਵਾਸ਼ਰੂਮ ਆ ਸਾਡੇ, ਇਹ ਸਾਰੇ ਸਾਡੇ ਸੇਵਾਦਾਰ ਨੇ, ਮੁਲਾਜ਼ਮ ਨੇ। ਇਹ ਲੱਕੜ ਦੀ ਵਰਕਸ਼ਾਪ ਆ ਸਭ ਤੋਂ ਪਹਿਲਾਂ ਮੂਹਰੇ, ਅਤੇ ਆਹ ਇੱਧਰ ਸਟੋਰ ਰੂਮ ਆ, ਨਾਲ ਵਿੱਚ ਪੈਨਲ ਵਗੈਰਾ ਲੱਗੇ ਹੋਏ ਆ। ਇੱਥੇ ਜਿਹੜਾ ਮੇਨ ਸਮਾਨ ਆਉਂਦਾ ਮੁੱਲ ਬਾਹਰੋਂ ਉਹ ਰੱਖਿਆ ਹੁੰਦਾ, ਵੱਡੀਆਂ ਤਾਰਾਂ ਦੇ ਜਾਂ ਹੋਰ ਚੀਜ਼ਾਂ ਦੀ ਸਟੋਰੇਜ ਇੱਥੇ ਆ, ਅਲਮੀਨੀਅਮ ਦਾ ਸਮਾਨ ਆ, ਡਕਟ ਵਗੈਰਾ, ਅਤੇ ਇਹ ਸਾਰੀ ਲੱਕੜ ਦੀ ਸਟੋਰੇਜ ਆ, ਪਲਾਈਆਂ ਵਗੈਰਾ, ਕੋਈ ਪੁਰਾਣੇ ਗੇਟ ਦਰਵਾਜ਼ੇ ਦੇ ਜਾਂਦਾ, ਕੋਈ ਵਿੰਡੋ ਦੇ ਗਿਆ ਪੁਰਾਣੀ, ਕੋਈ ਵੀ ਚੀਜ਼ ਉਹ ਅਸੀਂ ਇੱਥੇ ਸਟੋਰ ਕਰਦੇ ਹਾਂ। ਇੱਥੇ ਮਿਸਤਰੀ ਦਰਵਾਜ਼ੇ ਬਾਰੀਆਂ ਬਣਾਉਂਦੇ ਵੀ ਆ। ਇਹ ਸਾਡਾ ਬਿਜਲੀ ਦਾ ਹਾਰਡਵੇਅਰ ਸਟੋਰ ਆ ਜੀ, ਬਿਜਲੀ ਅਤੇ ਹਾਰਡਵੇਅਰ ਦਾ ਸਟੋਰ। ਇੱਥੇ ਹੁਣ ਜਿਵੇਂ ਹੀਟਰ ਲੱਗਣੇ ਆ, ਸਰਦੀਆਂ ਆ ਰਹੀਆਂ, ਮੂਹਰੇ ਆ ਹੀਟਰ ਰਿਪੇਅਰ ਕਰ ਕਰਕੇ ਰੱਖੇ ਪਏ ਜਿਹੜੇ ਪੁਰਾਣੇ ਆ ਸਾਡੇ ਬਿਜਲੀ ਵਾਲੇ ਮਿਸਤਰੀ, ਹਰ ਚੀਜ਼ ਦਾ ਸਟੋਕ ਦੇ ਵਿੱਚ ਰਿਕਾਰਡ ਰੱਖਦੇ ਆ।
ਪੁਰਾਣਾ ਜਿੰਨਾ ਵੀ ਸਮਾਨ ਆ ਉਹਨੂੰ ਠੀਕ ਕਰਕੇ ਰੱਖਣਾ, ਨਵਾਂ ਸਮਾਨ ਆ ਜਿਵੇਂ ਆ ਜਾਂਦੇ, ਟਿਊਬਾਂ ਪੁਰਾਣੀਆਂ ਰਿਪੇਅਰ ਕਰ ਲਈ ਦੀਆਂ, ਤਾਰਾਂ ਦੇ ਰੋਲ ਪਏ ਨੇ, ਬੰਡਲ ਪਏ ਨੇ, ਅਸੀਂ ਪੋਸਟਾਂ ਪਾਉਂਦੇ ਹੁੰਦੇ ਹਾਂ ਸਾਨੂੰ ਫੇਸਬੁੱਕ 'ਤੇ ਵੀ ਸਾਡੀ ਰਿਕੁਆਇਰਮੈਂਟ ਹੁੰਦੀ, ਸਾਨੂੰ ਤਾਰਾਂ ਚਾਹੀਦੀਆਂ, ਸਾਨੂੰ ਸੈਂਟਰੀ ਦਾ ਸਮਾਨ ਚਾਹੀਦਾ, ਚੀਜ਼ਾਂ ਤੋਂ ਨਿੱਕੀਆਂ ਨਿੱਕੀਆਂ ਹੀ ਹੁੰਦੀਆਂ ਵਾ ਜ਼ਰੂਰਤ ਵਾਲੀਆਂ, ਵੀ ਸਾਨੂੰ ਐਲਬੋ ਚਾਹੀਦੇ ਆ, ਸਾਨੂੰ ਛੋਟੇ ਛੋਟੇ ਪਾਈਪ ਚਾਹੀਦੇ ਆ, ਪਰ ਉਹ ਸਾਨੂੰ ਹਜ਼ਾਰਾਂ ਦੀ ਗਿਣਤੀ ਚਾਹੀਦੀ, ਕਿਉਂਕਿ ਸਾਡਾ ਸਟੋਰ ਬਣਾਇਆ ਹੁਣ ਜਿਵੇਂ ਆਹ ਪਾਈਪ ਪਈ ਹੈ ਇੰਨੀ, ਹੈ ਨਾ, ਪਤਾ ਨਹੀਂ ਕਦੋਂ ਕਿੱਥੇ ਪਾਈਪ ਲੋੜ ਪੈ ਜਾਂਦੀ ਆ, ਇਸ ਪਾਸੇ ਸਾਰਾ ਆ ਸਮਾਨ ਜਿਹੜਾ ਤੁਸੀਂ ਦੇਖਦੇ ਹੋ ਬਿਜਲੀ ਦਾ ਅਤੇ ਸੈਂਟਰੀ ਦਾ, ਇੱਧਰ ਪੱਖੇ ਰਿਪੇਅਰ ਕਰ ਕਰਕੇ ਰੱਖੇ ਜਾਂਦੇ, ਜਿਵੇਂ ਪਤਾ ਜਿਹੜੇ ਮੱਚ ਜਾਂਦੇ ਆ ਪੱਖੇ, ਉਹਨਾਂ ਨੇ ਮੋਟਰਾਂ ਬੰਨ ਲਈ ਦੀਆਂ, ਐਗਜ਼ੋਸਟ ਫੈਨ ਪਏ ਨੇ, ਫੈਨਸ ਪਏ ਨੇ, ਮਿਕਸੀਆਂ ਪਈਆਂ, ਗਰੈਂਡਰ ਪਏ ਨੇ, ਸਾਰੀਆਂ ਚੀਜ਼ਾਂ ਹੁਣ ਜਿਵੇਂ ਲੜੀਆਂ ਹੀ ਲੱਗੀਆਂ ਹੋਈਆਂ ਉੱਪਰ ਸਾਰੇ, ਹੁਣ ਨਾ ਸਿਆਲ ਆਹ ਸੀਗਾ ਦੀਵਾਲੀ 'ਤੇ, ਉਹ ਸਾਰੀਆਂ ਲੜੀਆਂ ਵਗੈਰਾ ਇਕੱਠੀਆਂ ਕਰਕੇ ਫਿਰ ਇੱਥੇ ਰੱਖ ਲੈਣੀਆਂ, ਅਗਲੇ ਸਾਲ ਫਿਰ ਲਾ ਲੈਣੀਆਂ ਹਨ ਕੀਆਂ ਹੋਈਆਂ, ਜਦੋਂ ਕਿਤੇ ਹੁਣ ਐਡਾ ਵੱਡਾ ਕਾਰਜ ਆ, ਤੂੜੀ ਇੰਨੀ ਪਈ ਆ, ਰਾਸ਼ਨ ਆ ਜਾਂ ਕੱਪੜੇ ਆ, ਝਗਣੇ ਪੈ ਜਾਂਦੇ ਆ, ਮੀਂਹ ਆ ਜਾਂਦਾ ਇਕਦਮ, ਤਾਂ ਇਹ ਸਾਡੇ ਸਾਰੇ ਮਿਸਤਰੀ ਭਰਾ ਸਾਡੇ ਜਿਹੜੇ ਲੱਕੜ ਵਾਲੇ ਆ, ਬਿਜਲੀ ਵਾਲੇ ਆ, ਬਿਲਡਿੰਗ ਵਾਲੇ ਆ, ਸੈਂਟਰੀ ਵਾਲੇ ਆ, ਇਹ ਸਾਰੇ ਆਪਣਾ ਆਪਣਾ ਕੰਮ ਇੱਥੇ ਕਰਦੇ ਨੇ। ਅੱਜ ਇੱਥੇ ਹੁਣ ਇਹ ਸਾਰਾ ਇਹਨਾਂ ਦਾ ਟੂਲ ਕਿੱਟ ਆ ਵੱਡੀਆਂ, ਵਿਸ਼ਕਰਮਾ ਜੀ ਦਾ ਦਿਨ ਮਨਾ ਕੇ ਹਟੇ ਨੇ, ਸਾਰੇ ਸੰਦ ਸਾਫ਼ ਕਰਕੇ ਉਹਨਾਂ ਦੀ ਮਿਸਤਰੀ ਵੀਰਾਂ ਨੇ ਪੂਜਾ ਕੀਤੀ ਹੈ, ਜੋ ਉਹਨਾਂ ਦਾ ਆਪਦਾ ਤਿਉਹਾਰ ਆ ਦਿਨ। ਅਤੇ ਇੱਧਰ ਵੀ ਹੁਣ ਤੁਸੀਂ ਦੇਖੋਗੇ ਆ, ਜਿਵੇਂ ਆਪਾਂ ਦੇਖਦੇ ਹੁੰਦੇ ਹਾਂ ਸਟੋਰਾਂ 'ਤੇ ਜਾ ਕੇ, ਆ ਸਾਰੀਆਂ ਉਹ ਟੀ ਪੁਆਇੰਟ ਪਏ ਨੇ, ਵਿੰਡ ਪਏ ਨੇ, ਐਲਬੋ ਪਏ ਨੇ, ਇਹ ਸੈਂਕੜੇ ਉੱਤੇ ਲਿਖਿਆ ਹੋਇਆ ਵਾ, ਸਾਰੀਆਂ ਚੀਜ਼ਾਂ ਦੇ ਨਾਮ ਲਿਖੇ ਹੋਏ, ਸਲੂਸ਼ਨ ਪਈ ਆ। ਇਵੇਂ ਹੀ ਇੱਧਰ ਥੱਲੇ ਦੇਖੋਗੇ ਤੁਸੀਂ ਆ ਬਿਰਲਾ ਪੱਟੀ ਵਗੈਰਾ ਪਈ ਆ, ਜਿਵੇਂ ਜਿਵੇਂ ਹੁਣ ਐਡਾ ਵੱਡਾ ਪਰਿਵਾਰ, ਐਡਾ ਕੰਮ ਦੁਬਾਰਾ ਵਾ, ਹੈ ਨਾ, ਐਡੀ ਵੱਡੀ ਬਿਲਡਿੰਗ ਆ, ਟੋਇਲਟ ਸੀਟਾਂ ਪਈਆਂ ਵਾ, ਅਤੇ ਇਹ ਸਾਨੂੰ ਪੁਰਾਣੀਆਂ ਵੀ ਲੋਕ ਦੇ ਜਾਂਦੇ, ਅਸੀਂ ਉਹ ਵੀ ਵਰਤ ਲਈ ਦੀਆਂ, ਹੈ ਨਾ, ਜੋਰਨਰ ਪਏ ਨੇ, ਇੱਧਰ ਰੰਗ ਦਾ ਸਮਾਨ ਪਿਆ ਵਾ ਸਾਰਾ, ਆ ਰੈਕ ਦਾ ਸਮਾਨ ਪਿਆ ਵਾ ਰੰਗ ਦਾ, ਜਿਵੇਂ ਅਸੀਂ ਪਾਉਂਦੇ ਰਹਿੰਦੇ ਹਾਂ ਪੋਸਟਾਂ ਵੀ ਸਾਨੂੰ ਰੰਗ ਚਾਹੀਦਾ, ਬਾਲ ਪੁੱਟੀ ਚਾਹੀਦੀ ਆ, ਬਿਰਲਾ ਪੁੱਟੀ ਚਾਹੀਦੀ ਆ, ਤਾਂ ਸੰਗਤ ਸਾਡੇ ਤੀਕਰ ਪਹੁੰਚਦੀ ਕਰਦੀ ਆ। ਅਸੀਂ ਹੁਣ ਇੱਥੇ ਇੱਕ ਸਟੋਰ ਬਣਾ ਰਹੇ ਹਾਂ ਜਿੱਥੇ ਸਾਡੇ ਕੋਲ ਸਮਾਨ ਸਰਪਲਸ ਸਮਾਨ ਪਿਆ ਹੋਵੇ ਪਹਿਲਾਂ ਹੀ, ਜਦੋਂ ਜ਼ਰੂਰਤ ਆ ਵਾਰ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਦੁਕਾਨਾਂ ਤੋਂ ਲਿਆਉਣੀਆਂ ਬਹੁਤ ਮਹਿੰਗੀਆਂ ਵੀ ਪੈਂਦੀਆਂ ਅਤੇ ਬਹੁਤ ਔਖੀਆਂ ਵੀ ਆ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਸਾਰਾ ਸਮਾਨ ਅਸੀਂ ਇੱਥੇ ਸਟੋਰ ਕਰ ਲਈਏ। ਹੁਣ ਜਿਵੇਂ ਤੁਸੀਂ ਦੇਖਦੇ ਹੋ ਬਿਲਡਿੰਗ ਆ ਜਿਹੜੀ ਬੇਸਮੈਂਟ ਆ ਸਾਡਾ ਥੱਲੇ ਵਾਲਾ, ਅਤੇ ਇਹਦਾ ਵੀ ਰੰਗ ਦਾ ਹੁਣ ਸਾਨੂੰ ਰੰਗ ਦੇ ਸਮਾਨ ਦੀ ਬਹੁਤ ਲੋੜ ਆ, ਬਿਜਲੀ ਦੇ ਸਮਾਨ ਦੀ ਬਹੁਤ ਲੋੜ ਆ, ਕਿਉਂਕਿ ਹੁਣ ਮੂਹਰੇ ਸਰਦੀਆਂ ਆ ਰਹੀਆਂ, ਹੀਟਰ ਲੱਗਣੇ ਆ, ਤਾਰਾਂ ਪੈਣੀਆਂ, ਸਪਲਾਈ ਪੈਣੀ ਆ, ਨਵੀਂ ਬਿਲਡਿੰਗ 'ਚ ਆ ਗਏ ਅਸੀਂ, ਉਹਦੀ ਬਹੁਤ ਜ਼ਰੂਰਤ ਆ। ਇੱਕ ਇੱਦਾਂ ਹੀ ਰੰਗ ਦੇ ਸਮਾਨ ਦੀ, ਰੰਗ ਦੇ ਸਮਾਨ ਦੀ ਤੁਸੀਂ ਲਿਸਟ ਲੈ ਸਕਦੇ ਹੋ ਸਾਤੋਂ, ਫਿਰ ਇੱਟਾਂ ਦੀ ਲੋੜ ਆ, ਸੀਮੈਂਟ ਦੀ ਲੋੜ ਆ, ਸਰੀਏ ਦੀ ਲੋੜ ਆ, ਆਹ ਬਿਲਡਿੰਗ ਜਿਹਦੇ 'ਚ ਖੜ੍ਹੇ ਹਾਂ ਆਪਾਂ, ਇਹਦਾ ਕੰਮ ਹਜੇ ਤੱਕ ਕੰਪਲੀਟ ਨਹੀਂ ਹੋਇਆ, ਕਿਉਂਕਿ ਹੁਣ ਪਿਛਲੇ ਐਕ ਤਾਂ ਗਰਮੀ ਬਹੁਤ ਲੰਬੀ ਚਲੇ ਗਈ ਆ, ਐਕ ਹੁਣ ਪਿਛਲੇ ਕਰੀਬ 5-6 ਮਹੀਨਿਆਂ ਤੋਂ ਬਹੁਤ ਘੱਟ ਸੰਗਤ ਵੱਲੋਂ ਸਪੋਰਟ ਆਈ ਹੈ, ਕਿਉਂਕਿ ਸਮਾਂ ਕਿਸ ਤਰ੍ਹਾਂ ਦਾ ਚੱਲ ਰਿਹਾ, ਗਰਮੀ ਰਹੀ ਹੈ, ਬਾਹਰੋਂ ਸੰਗਤ ਨੇ ਆਉਣਾ ਹੁੰਦਾ ਸਰਦੀਆਂ ਦੇ ਵਿੱਚ, ਇਸ ਵਾਰ ਸੰਗਤ ਬਾਹਰੋਂ ਬਹੁਤ ਘੱਟ ਆ ਰਹੀ ਹੈ। ਉੱਪਰਲੇ 2 ਫਲੋਰ ਆ ਜਿਹੜੇ, ਉਹਨਾਂ ਦਾ ਕੰਮ ਹੁਣ ਵਿੱਚ ਹੀ ਰੁਕਿਆ ਪਿਆ ਵਾ, ਉਹਦੇ ਵਾਸਤੇ ਜਿਹੜੀਆਂ ਸਮਾਨ ਦੀ ਜ਼ਰੂਰਤ ਆ, ਸਾਤੋਂ ਲਿਸਟਾਂ ਲੈ ਲਿਓ, ਸਾਨੂੰ ਸੈਂਟਰੀ ਦਾ ਸਮਾਨ ਚਾਹੀਦਾ, ਸਾਨੂੰ ਲੱਕੜਾਂ ਦੇ ਨਾਲ ਰਿਲੇਟਡ ਜਿਹੜਾ ਕਾਰਪੇਂਟਰ ਦਾ ਸਮਾਨ ਆ, ਪਲਾਈਆਂ ਜਾਂ ਮੰਨ ਲਓ ਲੱਕੜ ਦੀ ਲੋੜ ਆ, ਸ਼ੀਸ਼ਿਆਂ ਦੀ ਲੋੜ ਆ, ਪਲਾਈ ਦੀ ਲੋੜ ਆ, ਉਹਦੀ ਲਿਸਟ ਲੈ ਸਕਦੇ ਹੋ। ਰੰਗ ਦਾ ਸਮਾਨ ਚਾਹੀਦਾ, ਕਿ ਪੁਰਾਣੇ ਗਾਡਰ ਚਾਹੀਦੇ ਸਾਨੂੰ, ਜੇ ਤੁਹਾਡੇ ਕੋਲ ਗਾਡਰ ਘਰੇ ਆਪਣੇ ਆਮ ਘਰਾਂ ਦੇ ਵਿੱਚ, ਆਪਾਂ ਪੁਰਾਣੇ ਘਰ ਦੇ ਹੇਠ 'ਤੇ ਆ, ਲੈਂਟਰ ਪਾ ਲਿਆ ਆਪਣੇ ਘਰਾਂ 'ਚ, ਪੁਰਾਣੇ ਗਾਡਰ ਪਏ ਹੋਣ, ਤਾਂ ਗਾਡਰ ਸਾਡੇ ਤੱਕ ਜ਼ਰੂਰ ਪਹੁੰਚਦੇ ਕਰੋ, ਕਿਉਂਕਿ ਅਸੀਂ ਹੁਣ ਜਿਹੜਾ ਜਿੰਨੀ ਬਿਲਡਿੰਗ ਬਣਾ ਰਹੇ ਹਾਂ, ਉਹ ਆਹ ਵੱਡੀ ਮੇਨ ਬਿਲਡਿੰਗ ਤੋਂ ਬਿਨਾਂ ਸਾਈਡਾਂ 'ਤੇ,
ਉਹ ਸਾਰੀ ਅਸੀਂ ਗਾਡਰ ਬਾਲਿਆਂ 'ਤੇ ਬਣਾ ਰਹੇ ਹਾਂ। ਗਾਡਰ ਪਾ ਕੇ ਉੱਤੇ ਪੱਥਰ ਦੀਆਂ ਚਾਦਰਾਂ ਪੈ ਜਾਂਦੀਆਂ, ਖਰਚਾ ਵੀ ਘੱਟ ਆਉਂਦਾ ਵਾ। ਕੱਲ੍ਹ ਨੂੰ ਜੇ ਦੇੜਨੀਆਂ ਵੀ ਪਈਆਂ ਕਿਤੇ ਨਕਸ਼ੇ ਦੇ ਮੁਤਾਬਕ ਗਲਤ ਵੀ ਹੋ ਜਾਂਦੀ ਹੈ ਕੋਈ ਚੀਜ਼, ਤਾਂ ਉਹਨੂੰ ਜਦੋਂ ਮਰਜ਼ੀ ਰਿਮੂਵ ਕਰਕੇ ਇੱਧਰ ਉੱਧਰ ਕਰ ਲਈਏ, ਉਹਦੇ ਜਿਹੜੇ ਆਪਣੇ ਲੇਬਰ ਚਾਰਜ ਹੀ ਪੈਂਦੇ ਆ। ਬਾਕੀ ਹੁਣ ਜੇ ਲੈਂਟਰ ਨੂੰ ਤੋੜਨਾ ਹੋਵੇ ਤਾਂ ਸਾਰਾ ਕੁਛ ਹੀ ਡਿਸਪੋਜ ਹੋ ਜਾਂਦਾ, ਖਤਮ ਹੋ ਜਾਂਦਾ। ਅਤੇ ਇਸ ਕਰਕੇ ਸਾਡੀ ਬੇਨਤੀ ਹੈ, ਜਿੱਥੇ ਤੁਹਾਡੇ ਕੋਲ ਘਰ ਪਾਈਪਾਂ ਪਈਆਂ ਵਾ ਜਾਂ ਗਾਡਰ ਪਏ ਆ, ਉਹ ਜ਼ਰੂਰ ਪਹੁੰਚਦੇ ਕਰੋ, ਅਤੇ ਰੰਗ ਦੇ ਸਮਾਨ ਦੀ ਇੱਕ ਲਿਸਟ ਜ਼ਰੂਰ ਪਲੀਜ਼ ਲਵੋ ਸਾਤੋਂ। ਸਾਡਾ ਕੰਮ ਵਿੱਚ ਰੁਕ ਰਿਹਾ ਸਰੀਏ ਦੀ ਅਤੇ ਇੱਟਾਂ ਦੀ ਅਤੇ ਸੀਮਿੰਟ ਦੀ, ਇਹ ਜ਼ਰੂਰਤ ਵੀ ਸਾਡੀ ਜ਼ਰੂਰ ਪੂਰੀ ਕਰੋ।